Gaurav? Gaurav? भाभी भाभी मेरे को नहीं आख्या जाता दविंदर उठ मेरे को नहीं जाता मैं फोन दे फोन खुला किन लाना वा सेंटर वाले ने सुख भी नहीं इतने तो जिदन का गौरव न खड़िया घर भां भू हो न्याणे घर नहीं आ तो सुन मसान जी पई आ मेरा तो जी नहीं लगन दिया दविंदर ने कहो हाँ राजवीर ने नाल लैके आ जा एक दिन रह जूगी तो मन होरते होरते होगा घर तो अंज तो वडन खान दिया मेरा तो खलोन दिल ही नहीं कर दिया इतने पता जो न्याणे घर नहीं थे मेरा तो भां भू ही लगना वा तू ही दविंदर ने फोन कर ला तेरे आखे केड़ा उन्हें नहीं आना जी तो करता वा कर पर भाजी तो शर्म जी आती है कहना कि चर ते इत आना के रवे गुस्सा ही ना कर जन नहीं वो तो सुभा तो नहीं गुस्से वाला कोई नहीं तू करके वेख ला कोई नहीं करूंगी फोन भी आ जा एक दिन रह जा मेरा तो घर दिल ही नहीं लगन दिया और तरह दिया कोई नहीं कर ला तू फोन आ जाना उन्हें वो नहीं इदा दे परिवार बड़ा वधिया वा नाल जे राजवीर आऊगा ना तो मैं उन्हें नाल लैके एक बार गौरव नूं वेख आऊंगी इदा करनी मोटरसाइकिल ते चल जांगे दोनों जने चलो मैं लाउनी फोन भला की कहिंदी है चल ठीक है हेलो ठीक है हाल तो तेन पता ही है जेडे है और सुना राजवीर होने ठीक ठाक बाकी परिवार ठीक है बाकी फोन मैं तुम तां लाया ही घर तो बिलकुल सुनसान पै गई है तो मैं तां कहन रही हूँ भी एक दिन आ जाते कदों अज लै आ तो बड़ी वधिया गल आ जे आन लगे हो तो फिर आ जाओ मैं भी ताई फोन किया कि एक दिन आ जाते चल ठीक मैं मम्मी दस दू चल चंगा होया भाजी ने स्पैशल पूछना नहीं पऊगा आप ही आन लगे है मम्मी फोन लाया ही दविंदर ने गौरव ਦਾਲ ਤੇ ਦਹੀਂ ਨਾਲ ਬਣਾ ਲਿਓ ਦਹੀਂ ਹੈਗਾ ਵਾ ਨਹੀਂ ਆ ਦੁੱਧ ਚੋਇਆ ਵਾ ਥੋੜਾ ਜਿਹਾ ਪਨੀਰ ਬਣਾ ਲੈਣੀ ਮੁੰਡੇ ਨੇ ਕਿੰਨੀ ਜਿਹੜੀ ਆਉਣਾ ਰਾਜਵੀਰ ਨੇ ਪਨੀਰ ਬਣਾ ਲਓ ਨਾਲ ਦਹੀਂ ਬਣਾ ਲਓ ਉਹਦੇ ਨਾਲ ਰੋਟੀਆਂ ਖਾ ਲੈਣਗੇ ਆਪੇ ਆਹੋ ਤੇ ਤੁਸੀਂ ਹੁਣ ਜਾਓ ਬਾਹਰ ਦਾ ਵੇਖ ਲਓ ਥੋੜਾ ਜਿਹਾ ਮੈਂ ਰਸੋਈ ਦਾ ਕਰ ਲੈਣਾ ਉਹਨਾਂ ਦੇ ਆਉਂਦੇ ਨੂੰ ਰੋਟੀ ਬਣਾ ਕੇ ਰੱਖ ਦਵਾਂ ਠੀਕ ਵਾ ਡੈਡ ਜੀ ਹਾਂ ਪ੍ਰੀਤ ਜੀ ਰਾਜਵੀਰ ਨੇ ਤੇ ਦੀਦੀ ਨੇ ਆਉਣਾ ਵਾ सब्जी ना लो सब्जी हैगी दाल पानी पनीर बना लेना चलो ठीक है ਇੰਦਰ ਪ੍ਰਾਹੁਣਾ ਠੀਕ ਠਾਕ ਆ ਹਾਂਜੀ ਮੰਮੀ ਠੀਕ ਆ
ਸੱਸ ਤੇ ਠੀਕ ਆ? ਆਹੋ ਠੀਕ ਆ। ਦਵਾਈ ਦੁਈ ਖਾਂਦੀ ਹੋਣੀ ਆ? ਆਹ ਦਵਾਈ ਬਸ ਚੱਲੀ ਜਾਂਦੀ ਮੰਮੀ। ਅੱਛਾ, ਹੋਰ ਰਾਜਵੀਰ ਦੀ ਕਿੱਦਾਂ ਪੜ੍ਹਾਈ ਚੱਲਦੀ ਤੇਰੀ? ਹਾਂਜੀ ਵਧੀਆ ਚੱਲਦੀ। ਅੱਛਾ, ਪੇਪਰ ਹੋ ਗਏ? ਨਹੀਂ ਗਿਆ ਹੁੰਦੇ ਆ। ਅੱਛਾ ਚਲੋ ਵਧੀਆ ਵਾ ਪੁੱਤ। ਹੋਰ ਮੰਮੀ ਡੈਡੀ ਦੀ ਅੱਖ ਠੀਕ ਹੋਣ? ਆਹ ਹੁਣ ਤੇ ਠੀਕ ਆ, ਅੱਗੇ ਨਰਮਾਨ ਆ, ਫਰਕ ਬੜਾ ਵਾ। ਅੱਛਾ ਕਿੱਥੇ ਗਏ ਆ? ਉਹ ਬਾਹਰ ਹੋਣੇ ਆ ਕਿਤੇ, ਪੱਠੇ ਪੁੱਠੇ ਵੜਦੇ ਹੋਣੇ ਆ। ਅੱਛਾ ਅੱਛਾ ਹਾਂ ਮੰਮੀ, ਮੈਂ ਤੇ ਅੱਜ ਤੱਕ ਬੜੇ ਪੜਦੇ ਰੱਖਦੀ ਆਈ ਆ। ਉਹ ਪਰ ਜਿਹੜੀ ਆ ਬਾਂਸੇ ਦੀ ਭੈਣ ਸ਼ਿੰਦਰ ਆ, ਉਹ ਮੇਰੀ ਦਰਾਣੀ ਨੂੰ ਗੁਰਦੁਆਰੇ ਟੱਕਰੀ, ਉਹ ਕਿਤੇ ਤੁਸਕਾ ਲੈਂਦੀ। ਉਹਨੇ ਸਾਰੀਆਂ ਗੱਲਾਂ ਦੱਸਦੀਆਂ ਤੇ ਮੇਰੀ ਦਰਾਣੀ ਅੱਜ ਮੈਨੂੰ ਸਵੇਰੇ ਕਵੇ, ਗੌਰਵ ਕਿੱਥੇ ਤੁਹਾਡਾ, ਗੌਰਵ ਕਿੱਥੇ ਦਾਖਲ ਕਰਾਇਆ? ਮੈਂ ਦਾਖਲ ਗੁਰਦੁਆਰੇ ਕਿਤੇ ਨਹੀਂ ਕਰਾਇਆ, ਘਰ ਹੀ ਆ ਮੁੰਡਾ। ਤੇ ਮੰਮੀ ਮੈਂ ਦੱਸ ਕਿੰਨੇ ਕੁ ਪੜਦੇ ਰੱਖਾਂ, ਉਹਨੇ ਤੁਸਕਾਂ ਸਾਰੀਆਂ ਉਹਦੇ ਕੋਲ ਲੱਲੀਆਂ ਤੇ ਮੇਰੀ ਤੇ ਆਪ ਬਹੁਤ ਬਦਨਾਮੀ ਹੋ ਗਈ ਆ। ਗੱਲ ਏਦਾਂ ਵਾ ਦਵਿੰਦਰੇ, ਤੂੰ ਜਿੰਨੇ ਮਰਜ਼ੀ ਪੜਦੇ ਪਾ ਲਾ, ਇਹੋ ਜਿਹੀ ਗੱਲ ਗੁੱਝੀ ਨਹੀਂ ਰਹਿੰਦੀ। ਨਿਕਲ ਜਾਂਦੀ ਹੈ ਪਿੰਡੋਂ ਬਾਹਰ, ਘਰੋਂ ਗੱਲ ਨਿਕਲੀ ਤੇ ਸਮਝ ਲਾ ਪਿੰਡੋਂ ਨਿਕਲੀ। ਤੇ ਮੇਰਾ ਸਹੁਰਾ ਵੀ ਸਵੇਰੇ ਕਰੇ, ਤੂੰ ਚੱਲੀ ਆ ਗੌਰਵ ਨੂੰ ਮਿਲਣ ਚੱਲੀ ਆ? ਤੇ ਮੈਂ ਕਿਹਾ ਡੈਡੀ ਗੌਰਵ ਉੱਥੇ ਹੀ ਆ, ਸਾਰਿਆਂ ਨੂੰ ਮਿਲਣ ਚੱਲੀ ਮੈਂ। ਦਰਾਣੀ ਮੇਰੀ ਨੇ ਕੰਨ ਭਰਤੇ ਹੋਣੇ ਆ ਤੇ ਇਹ ਚਵਲ ਨੇ ਸਭ ਕੁਝ ਦੱਸਤਾ ਉੱਥੇ। ਪਰ ਜੇ ਪਤਾ ਲੱਗ ਗਿਆ ਨਾ ਤੇ ਤੂੰ ਐਵੇਂ ਪੜਦੇ ਨਾ ਪਾਈ, ਫਿਰ ਚੰਗਾ ਜਿਹਾ ਨਹੀਂ ਲੱਗਦਾ। ਕੋਈ ਗੱਲ ਨਹੀਂ, ਜੇ ਤੈਨੂੰ ਪੁੱਛਣਗੇ ਨਾ ਤੇ ਦੱਸ ਦੀ ਵੀ ਕਿਤੇ ਮਾੜੀ ਬਹਿਣੀ ਬਹਿ ਗਿਆ ਵਾ, ਕੋਈ ਨਹੀਂ ਦਵਾਈ ਦਾਰੂ ਕਰਾਉਣ ਡਏ ਆ। ਇੱਦਾਂ ਫਿਰ ਬੰਦਾ ਝੂਠਾ ਜਿਹਾ ਹੋ ਜਾਂਦਾ, ਇਹਦੇ 'ਚ ਕੋਈ ਉਹਲੇ ਪਰਦੇ ਵਾਲੀ ਗੱਲ ਹੈ ਹੀ ਨਹੀਂ। ਜਿੱਦਾਂ ਦੇ ਸਮੇਂ ਚੱਲਣ ਡਏ ਆ, ਇਹ ਤਾਂ ਪਰਮਾਤਮਾ ਕਿਸੇ ਨਾ ਵੀ ਕਰ ਸਕਦਾ ਵਾ। ਚੱਲ ਇੱਦਾਂ ਕਰੋ, ਹੁਣ ਆਈ ਆ ਤੇ ਰਾਜਵੀਰ ਨੂੰ ਲੈ ਕੇ ਨਾ ਸਵੇਰੇ ਸੱਜਰੇ ਨਿਕਲ ਜਾਓ ਤੇ ਮਿਲ ਆਓ ਉਹਨੂੰ। ਹਾਂ, ਉਹ ਤਾਂ ਮੈਂ ਮੰਮੀ ਨਾਲ ਪਹਿਲਾਂ ਹੀ ਗੱਲ ਕੀਤੀ ਆ ਕੀਤੀ ਆ ਤੇ ਮੈਂ ਰਾਜਵੀਰ ਨੂੰ ਲਾ ਕੇ ਮਿਲ ਆਉਂਗੀ, ਨਾਲ ਥੋੜੇ ਕੱਪੜੇ ਦੇ ਆਉਂਗੀ। ਤੇ ਮੈਂ ਘਿਓ ਲਿਆਈ ਕਿਲੋ, ਉਹ ਮੁੰਡੇ ਨੂੰ ਦੇ ਕੇ ਆਇਓ ਉੱਥੇ, ਤੇ ਨਾਲੇ ਦੁੱਧ ਫਟਾ ਲਓ ਤੇ ਮੰਮੀ ਪਨੀਰ ਬਣਾ ਕੇ ਲੈ ਜਾਵਾਂਗੇ, ਨਿਆਣਾ ਖਾ ਲੂਗਾ। ਦੁੱਧ ਤਾਂ ਫਟਾਤਾ ਮੈਂ, ਫਟਾਤਾ ਮੰਮੀ ਨੇ ਬਣਾ ਕੇ ਵੀ ਰੱਖਤਾ ਪਨੀਰ। ਸਵਾਤੇ ਨਿਕਲਾਂਗੇ ਨਾ ਤੜਕੇ, ਆਹ ਤੜਕੇ ਨਿਕਲ ਜਾਓ, ਕੰਮ ਕੁੰਮ ਦਾ ਮੈਂ ਕਰ ਲੈਣਾ, ਉਹਨੂੰ ਤਾਂ ਟੈਨਸ਼ਨ ਨਹੀਂ। ਤੇ ਤੂੰ ਮੁੰਡੇ ਨੂੰ ਤੁਸੀਂ ਹੁਣ ਇੱਕ ਰਾਤ ਨਾ ਦਿਓ, ਦੋ ਰਾਤਾਂ ਦਿਓ, ਮੇਰੇ ਨਾਲ ਲੱਗੇ ਇੱਕ ਰਾਤ ਰਹਿ ਪਏ, ਮੈਂ ਪਿੰਡੋਂ ਹੋ ਆਊਂਗੀ। ਚੱਲ ਕੋਈ ਨਹੀਂ, ਮੈਂ ਰਹਿ ਲੂੰਗੀ। ਤੁਸੀਂ ਬੜਾ ਹੀ ਚਿਰ ਹੋ ਗਿਆ ਵਾ, ਜੇ ਮੰਮੀ ਆਉਣ ਜੋਗੀ ਹੁੰਦੀ ਨਾ ਤਾਂ ਨਿੱਕੀਆਂ ਗੱਲਾਂ ਫੋਨ ਤੇ ਹੁੰਦੀਆਂ ਰਹਿੰਦੀਆਂ। ਹੁਣ ਤੇ ਭੱਜੀ ਆਉਣਾ, ਭੱਜੀ ਆ ਜਾਣਾ ਸੀ, ਉੱਥੇ ਬੈਠੀ ਦਾ ਪਤਾ ਨਹੀਂ ਕੀ ਹਾਲ ਹੋਣਾ। ਇੱਕ ਵਾਰੀ ਜਾਊਂਗੀ ਤਸੱਲੀ ਜੀ ਹੋ ਜਾਂਦੀ, ਨਾਲੇ ਮਿਲ ਕੇ ਜਿਹੜੀ ਗੱਲ ਕਰ ਲੈਣੀ ਉਹ ਫੋਨ ਤੇ ਨਹੀਂ ਹੁੰਦੀ। ਲੋਵਰਾਂ ਲੈ ਜੀ, ਟੀ ਸ਼ਰਟਾਂ ਲੋਵਰਾਂ ਆਉਂਦੀਆਂ ਦੇਤੀਆਂ ਹੀ ਉਤਾਂ ਨਾਲ ਦੋ, ਹੋਰ ਲੈ ਆਉਂਗੀ ਇੱਕ ਦੋ ਹੋਰ ਕਾਲੇ ਹੋਣਗੇ ਤੇ ਲੈ ਆਉਂਗੀ। ਉੱਥੇ ਇੱਥੇ ਨਾ ਕੱਢੀ ਮੁੰਡਿਆਂ ਲਈ ਕਿ ਦਲਾਸਾ ਦੇਈ ਕਿ ਪੁੱਤ ਤੂੰ ਠੀਕ ਹੋ ਜਾ, ਤੇਰੇ ਕੋਲੋਂ ਇਹ ਘੋੜ ਲਾ ਜਾਣਾ ਵਾ ਤੇ ਅਸੀਂ ਤੈਨੂੰ ਲੈ ਜਾਣਾ, ਜਿੰਨਾ ਚਿਰ ਆਉਂਦੇ ਉਹਨਾਂ ਚਿਰ ਪੁੱਤ ਰਹਿ ਲਾ। ਨਹੀਂ ਹੌਸਲਾ ਹੀ ਦੇਣਾ ਚਾਹੀਦਾ, ਦੱਸੀ ਕਾਕੀ ਭੂਆ ਤੇਰੀ ਆਊਗੀ ਕੋਈ ਨਹੀਂ। ਦਰਿੰਦਰ ਭਾਜੀ ਨੂੰ ਪਤਾ ਲੱਗ ਗਿਆ ਉਹਨਾਂ ਦੇ, ਭਾਬੀ ਜਦੋਂ ਇਹੋ ਜਿਹੀ ਗੱਲ ਘਰ 'ਚ ਹੋਵੇ ਤੇ ਮੈਂ ਕਿਹਾ ਜੇ ਉਹਨਾਂ ਨੂੰ ਘਰਦਿਆਂ ਕੋਲ ਪਤਾ ਲੱਗਾ ਤੇ ਉਹਨੇ ਕਹਿਣਾ ਦਵਿੰਦਰ ਮੇਰੇ ਕੋਈ ਨਾ ਲਕਾਰ ਆਦੀ ਆ, ਫਿਰ ਮੈਂ ਉਹਨੂੰ ਦੱਸ ਹੀ ਦਿੱਤਾ ਵੀ ਆਹ ਗੱਲ ਆ, ਫਿਰ ਉਹਨੇ ਤਾਂ ਮੈਨੂੰ ਹੌਸਲਾ ਹੀ ਦਿੱਤਾ ਵਾ, ਕੋਈ ਗੱਲ ਨਹੀਂ ਆਉਂਦਾ ਤੂੰ ਉਹਨਾਂ ਨੂੰ ਕਹਿ ਟੈਨਸ਼ਨ ਨਾ ਲੈਣ, ਠੀਕ ਹੋ ਜਾਣਾ ਮੁੰਡੇ ਨੇ। ਚੱਲ ਭਾਬੀ ਧਿਆਨ ਨਾਲ ਜਾਇਓ, ਹੈਂ ਤੇ ਮੁੰਡੇ ਨੂੰ ਹੌਸਲਾ ਹੀ ਦੇਈ। ਰਾਜੀ ਚੱਲ ਗਾ, ਚੱਲ ਵਾਪਸ ਜਾਵਾਂਗੇ ਤੇ ਛੇਤੀ ਵਾਪਸ ਛੇਤੀ ਆ ਜਾਓ ਵਾਪਸ। ਪਾਲੇ ਸਾਰਾ ਚਾਰ ਪਾਤਾ ਤੇ ਹਾਂ ਪਾਤਾ ਨਾ। ਰੋਟੀ ਪਾਣੀ ਦਾ ਪੁੱਛਣਾ ਵੀ ਸਹੀ ਦਿੰਦੇ ਆ? ਰੋਟੀ ਪਾਣੀ ਤੇ ਕਹਿੰਦੇ ਵੀ ਇਦਾਂ ਹੀ ਹੁੰਦਾ, ਤੈਨੂੰ ਪਤਾ ਹੀ ਇਹੋ ਜਿਹੇ ਥਾਂ ਤੇ ਰੋਟੀ ਪਾਣੀ ਤੇ ਬਾਕੀ ਮੇਰੇ ਮਨ ਨੂੰ ਇੰਨੀ ਬੜੀ ਖੁਸ਼ੀ ਆ, ਕਹਿੰਦਾ ਵੀ ਮੰਮੀ ਲੱਗਦਾ ਹੁਣ ਕੋੜ ਖਾਨਾ ਜਾ ਮੇਰੇ ਗਲੋਂ ਲੱਥ ਜੂਗਾ। ਸ਼ੁਕਰ ਆ ਪਰਮਾਤਮਾ ਦਾ ਭਾਬੀ ਕਿਤੇ ਮਹਾਰਾਜ ਨੇੜੇ ਹੋ ਗਏ, ਸੁਣ ਲਏ ਸਾਡੀ। ਤੇ ਬਾਕੀ ਕਹਿੰਦਾ ਵੀ ਮੇਰਾ ਦਿਲ ਨਹੀਂ ਲੱਗਦਾ ਇੱਥੇ, ਸਾਰੇ ਇੱਥੇ ਉੱਦਾਂ ਦੇ ਹੀ ਹੁੰਦੇ ਆ, ਉੱਦਾਂ ਵੀ ਸ਼ਰਮ ਜਿਹੀ ਆਉਂਦੀ ਆ। ਪਰ ਆਉਂਦਾ ਵੀ ਮੈਂ ਵਿੱਚ ਵਿੱਚ ਚਾਹੁੰਦਾ ਹੈਗਾ ਹਾਂ ਵੀ ਮੈਂ ਨਾ ਨਸ਼ਾ ਕਰਾਂ ਨਾ ਕੁਝ ਖਾਇਆ ਪੀਆ ਕਰਾਂ, ਪਰ ਮੇਰੇ ਕੋਲ ਰਿਹਾ ਨਹੀਂ ਜਾਂਦਾ। ਇੱਥੇ ਆਉਂਦਾ ਦਵਾਈ ਦਾਰੂ ਟਾਈਮ ਟੂ ਟਾਈਮ ਦਿੰਦੇ ਆ, ਖਾਣ ਪੀਣ ਨੂੰ ਉਹਨਾਂ ਉਹ ਚੀਜ਼ਾਂ ਦੇਣੀਆਂ ਜਿਹੜੀਆਂ ਇਹਦੇ ਵਾਸਤੇ ਚੰਗੀਆਂ ਵਾ, ਅਤੇ ਬੜਾ ਵਧੀਆ ਵਾ ਕਹਿੰਦਾ ਸਾਰਾ ਕੁਛ। ਪਰ ਇਹ ਆ ਕਿ ਮਨ ਨਹੀਂ ਲੱਗਦਾ, ਜੀ ਕਰਦਾ ਘਰ ਜਾਵਾਂ। ਮੈਂ ਕੋਈ ਨਹੀਂ ਪੁੱਤ, ਜਿੰਨਾ ਚਿਰ ਇਹਨਾਂ ਦਾ ਕੋਰਸ ਵਾ ਨਾ ਤੂੰ ਉਨੇ ਚਿਰ ਦਵਾਈ ਖਾ ਲਾ,
बाद च घर ही जाना वा परमात्मा की मेहर आ सच्चे पातशाह ना दा घर रख जूगा करूंगा भाभी करूंगा महाराज कृपा होंदा ये कि जिनी मैनू टेंशन ही कितने घर खलोण नू जी नहीं करदा एक बारी होके आ गई है ना तो ओदियां गल्लां सुनना ही है भी जिता वो चाहुंदा वा भी मैं सारा कुछ छड्ड दवां इस चीज़ चों बाहर आ जा तो मन नू शांति जी हो गई आ ते सौण बैठण दी जगह वधिया उत्थे बड़े वधिया बैड लगे आ पखे चलदे आ मन खुश जहा हो गया वा वेख के चार दिन चार जना लंघ जाएंगे नहीं तो बड़ा होर तरह होंदा ही सेहत सूहत किदां वा ठीक आ सेहत ते जिद्दां दा हैगा ओदां दा ही आ सेहत ते पहले दिन तो गौरव की थोड़ी वीक जी ही मतलब ओदां ते ठीक ही वेखण नूं काला जिहा लगदा चल जाके आई आ ते तेरी भी टेंशन हट गई आ मन तो बहुत जिहड़ा उतर गया तुसीं ते अचानक तैयार होए ना साडे पिंड नूं भी अहीं आउण लगे आ ते फोन मैं इह करके लाया ही भी घर ही वड्ढण नूं खांदा ही मम्मी नूं आखा मेरा ते जी नहीं लगन डिया ओह भी किन्ने दिन होए गई सुख होगी नहीं आई भाभी तैनूं की पता मैं किदां दस दिन कढे ध्यान मेरा इत्थे फिर मैं राजवीर नूं आखिया मैं पुत्त चल जाके आई मामी दा मैं मन होर ते होर ते होजू नाले मम्मी डैडी दा भी झाड़ू पोचा लागो सारा कर दी इना था मेरे को कली को नहीं हुंदा इना ही सुख बथेरा लागो बंदा इना ही कर दे ते चल बड़ा हो जांदा वा संग्राम जी सवेरे गुरुद्वारे गई लोग आने बने सूह देंगे पता तो लोगों ने सारा ही होंगे वा पिंड च माड़ी मोटी की गल है तेन पता झट निकल जाती पर फिर भी जिता ना मूँह के स्वाद लेंदिया गौरव की करता कितने होंगे अजकल की जवाब दे राजवीर पेपर कितना दे होंगे दसवीं के वधिया होंगे बहुत मेहनत कराया करो पढ़िया कर ठीक है ਪੱਠਿਆਂ ਦਾ ਕੰਮ ਵੀ ਕਰਦਾ ਹੁੰਦਾ ਪਾਪਾ ਨਾਲ ਕਿ ਪੜ੍ਹਾਈ ਦਾ ਹੀ ਨਹੀਂ ਪੱਠਿਆਂ ਦਾ ਵੀ ਕਰਦਾ ਨਾਲ ਕਰੀਦਾ ਹੋਈਦਾ ਪੁੱਤ ਭਾਬੀ ਉਹਦਾ ਪੜ੍ਹਾਈ 'ਚ ਬੜਾ ਠੀਕ ਆ ਪੜ੍ਹਨ 'ਚ ਹੁਸ਼ਿਆਰ ਆ ਚਲੋ ਚੰਗਾ ਪਤਾ ਲੱਗ ਹੀ ਜਾਂਦਾ ਬੱਚੇ ਦਾ ਭਾਬੀ ਮੇਰਾ ਮਨ ਕਰਦਾ ਵਾ ਵੀ ਰਾਜਵੀਰ ਨੂੰ ਅੰਮ੍ਰਿਤ ਛਕਾ ਦਾਂ ਅਸੀਂ ਕਦੀ ਸੋਚਿਆ ਵੀ ਸਾਡਾ ਗੌਰਵ ਨਸ਼ੇ ਕਰਨ ਲੱਗ ਜੂਗਾ ਡਰ ਲੱਗਦਾ ਇਹਨਾਂ ਕੰਮਾਂ ਤੋਂ ਅਤੇ ਰਾਜਵੀਰ ਨੂੰ ਨਾ ਅੰਮ੍ਰਿਤ ਛਕਾ ਦੇਈਏ ਛਕਾ ਦੇ ਰਵਿੰਦਰੇ ਥੋੜੀ ਪੂਜਾ ਪਊਗੀ ਮਹਾਰਾਜਾ ਲੇਵ ਲੱਗੂਗੀ ਬੱਚੇ ਦਾ ਧਿਆਨ ਹੁੰਦਾ ਅੱਜ ਕੱਲ ਤੇ ਜੋ ਵੀ ਕਹਿ ਲੋ ਸੱਚ ਹੀ ਆ ਸੱਚ ਹੀ ਕੱਲ ਜੋਗਾ ਸਮਾਂ ਇਦਾਂ ਦਾ ਚੱਲਣ ਡਿਆ ਵਾ ਕਿ ਆਪਣੇ ਬੱਚੇ ਜਿੰਨੇ ਬਚਾਏ ਜਾਂਦੇ ਬਚਾਓ ਬੱਚਿਆਂ ਦਾ ਧਿਆਨ ਰੱਖੋ ਫੋਨ ਲੈ ਲੈ ਨੁਕਰਾਂ 'ਚ ਬੜੇ ਰਹਿੰਦੇ ਆ ਚੈੱਕ ਕਰੋ ਕੀ ਕਰਦੇ ਆ ਕਿੱਥੇ ਗੱਲਬਾਤ ਕਰਦੇ ਕਿੱਥੇ ਚੈਟ ਕਰਦੇ ਅੱਜ ਕੱਲ੍ਹ ਫੋਨਾਂ ਨੇ ਨਿਆਣੇ ਜ਼ਿਆਦਾ ਚੈੱਕ ਕਰਦੇ ਪਿੱਛੇ ਸਮੇਂ ਹੁੰਦੇ ਸੀ ਕਿਸੇ ਘਰ ਆਉਣਾ ਕੋਈ ਗੱਲਬਾਤ ਕਰਨੀ ਹੁਣ ਤੇ ਮਾਂ ਪਿਓ ਨੂੰ ਨੀ ਪਤਾ ਲੱਗਦਾ ਨਿਆਣੇ ਕਿੱਥੇ ਕੀ ਗੱਲਬਾਤ ਕਰਦੇ ਆ ਤੇ ਤਾਂ ਗੰਗੌਲਾਂ ਨੂੰ ਪੈ ਕੇ ਥੋੜੇ ਦੇ ਆਉਣੇ ਸੀ ਨਹੀਂ ਮੰਮੀ ਬਾਹਰ ਤੇ ਨਿਕਲ ਨਹੀਂ ਦਿੰਦੇ ਨਾ ਕੋਈ ਬਾਹਰੋਂ ਚੀਜ਼ ਮੰਗਾ ਸਕਦਾ ਤੇ ਪੈਸੇ ਕੀ ਕਰਨੇ ਸੀ ਨਾਲੇ ਉਹ ਮਨਾ ਕਰਦੇ ਆ ਕਿਤੇ ਲੋੜ ਹੀ ਪੈ ਜਾਂਦੀ ਨਿਆਣੇ ਨੂੰ ਨਹੀਂ ਉੱਥੇ ਕੋਈ ਲੋੜ ਨਹੀਂ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਆ ਰਹਿਣ ਸਹਿਣ ਦੀ ਖਾਣ ਪੀਣ ਦੀ ਨਾਲੇ ਇਦਾਂ ਦਾ ਕੰਮ ਕਰਨ ਵੀ ਨਹੀਂ ਦਿੰਦੇ ਮੰਮੀ ਉਹ ਡਰਦੇ ਆ ਵੀ ਅਸੀਂ ਨਸ਼ਾ ਛਡਾਉਣ ਡਏ ਆ ਕਿਤੇ ਘਰੋਂ ਨਾ ਕੋਈ ਲਿਆ ਕੇ ਚੀਜ਼ ਦੇ ਦੇਣਾ ਮੈਂ ਤਾਂ ਮੈਂ ਰੋਟੀ ਲੈ ਕੇ ਗਈ ਨਾ ਤੇ ਰੋਟੀ ਤੇ ਵੀ ਕਹਿੰਦੇ ਸੀ ਵੀ ਨਹੀਂ ਜਾਣ ਦੇਣੀ ਅੱਗੇ ਪਰ ਮੈਂ ਕਿਹਾ ਵੀ ਚਲੋ ਖਾਣਾ ਹੀ ਆ ਮੈਂ ਆਪ ਲੈ ਆਈ ਬਣਾ ਕੇ ਤੇ ਕਹਿੰਦੇ ਠੀਕ ਆ ਪੈਸੇ ਜਮ੍ਹਾਂ ਕਰਾ ਹੀ ਨਹੀਂ ਪੈਸੇ ਮੰਮੀ ਇੱਕ ਮਹੀਨੇ ਦੀ ਫੀਸ ਤਾਂ ਉਹਨਾਂ ਪਹਿਲਾਂ ਲੈ ਲਈ ਸੀ ਤੇ ਇੱਕ ਮਹੀਨੇ ਦੀ ਮੈਂ ਦੇ ਆਈ ਹਾਂ ਥੋੜੇ ਜਿਹੇ ਹੈਗੇ ਸੀ ਘਰ ਮੈਂ ਕਿਹਾ ਮੁੜ ਕੇ ਪੈਰ ਤੇ ਫੋਨ ਕਰਨਗੇ ਤੇ ਕਿਸੇ ਵੇਲੇ ਹੁੰਦੇ ਕਿਸੇ ਵੇਲੇ ਨਹੀਂ ਹੁੰਦੇ ਚੱਲ ਮੰਮੀ ਖਰਚੇ ਦੀ ਨਹੀਂ ਟੈਨਸ਼ਨ ਕਰਨੀ ਲੱਗ ਜਾਵੇ ਪੈਸੇ ਲੱਗੇ ਭੁੱਲ ਜਾਂਦੇ ਸੁਧਰ ਜਾਵੇ ਬਸ ਠੀਕ ਹੋ ਜੇ ਮਹਾਰਾਜ ਕਿਰਪਾ ਕਰਦੇ ਸਾਨੂੰ ਇੰਨੀ ਖੁਸ਼ੀ ਆ ਲੱਗਾ ਲੜਾ ਵਾ ਵੀ ਉਹਦਾ ਮਨ ਬਦਲਿਆ ਵਾ ਹੁਣ ਉਹਨੂੰ ਪਛਤਾਵਾ ਵਾ ਨਸ਼ੇ ਕਰਕੇ ਹੁਣ ਕਹਿੰਦਾ ਸੀ ਕਿ ਮੰਮੀ ਹੋ ਸਕਦਾ ਕੋਟ ਖਾਨਾ ਮੇਰੇ ਘਰੋਂ ਲੱਥ ਹੀ ਜਾਵੇ ਜਦੋਂ ਬੰਦਾ ਆਪ ਚਾਹੁੰਦਾ ਵਾ ਨਾ ਕਿ ਮੈਂ ਆਹ ਚੀਜ਼ ਛੱਡਣੀ ਆ ਤੇ ਸਰੀਰ ਵੀ ਫਿਰ ਹੀ ਸਾਥ ਦਿੰਦਾ ਵਾ ਜ਼ਬਰਦਸਤੀ ਅਸੀਂ ਜੇ ਕਵਾਂਗੇ ਨਾ ਤੇ ਜਿੱਥੇ ਮਰਜ਼ੀ ਰੱਖ ਲਾ ਜ਼ਬਰਦਸਤੀ ਅਸੀਂ ਗਏ ਤਾਂ ਮਨ ਨਹੀਂ ਮੋੜ ਸਕਦੇ ਉਹਦਾ ਆਪਣਾ ਮਨ ਵਾ ਹੁਣ ਇਸ ਚੀਜ਼ 'ਚੋਂ ਬਾਹਰ ਨਿਕਲਣ ਦਾ ਇਹ ਗੱਲ ਦੀ ਮੈਨੂੰ ਤੇ ਮੰਮੀ ਬੜੀ ਖੁਸ਼ੀ ਆ ਚੈਨ ਜਿਹਾ ਆ ਗਿਆ ਹੋ ਕੇ ਆਈ ਹਾਂ ਤੇ